ਉਹ ਗੱਲ ਲੰਬੀ ਹੈ ਜਰਾ, ਹੈਂ। ਉਹ ਤਾਂ ਜੀ ਰਾਜੇ ਮਹਾਰਾਜਿਆਂ ਦੀ ਧੀ ਰਾਣੀ ਸੀਗੀ ਲੜਕੀ, ਉਹਨੇ ਸ਼ਰਤ ਰੱਖਤੀ ਵੀ ਮੈਂ ਸ਼ਾਦੀ ਉਹਦੇ ਨਾਲ ਕਰਾਊਂਗੀ ਜਿਹੜਾ ਮੇਰੇ ਕੋਲ ਆ ਕੇ 20 ਗਿਣੂਗਾ। ਉਹਦਾ ਇੱਕ ਕਾਨੂੰਨ ਸੀਗਾ, ਸਸਤਾ ਭਲਾ ਜ਼ਮਾਨਾ ਸੀ, ਅਨਪੜ੍ਹਾਂ ਦਾ ਦੌਰ ਸੀਗਾ, ਤਾਲੀਮ ਉਦੋਂ ਕੋਈ ਨਹੀਂ ਸੀ ਹੁੰਦੀ, ਕਿਉਂਕਿ 20 ਗਿਣਨੇ ਵੀ ਉਦੋਂ ਬਹੁਤ ਮੁਸ਼ਕਲ ਹੁੰਦੇ ਸੀਗੇ। ਜੇ ਕੋਈ ਬੱਕਰੀ ਵੇਚ ਦਿੰਦਾ ਸੀ ਤਾਂ 20 ਗਿਣਦੇ ਸੀ, ਤਾਂ 100 ਗਿਣਦੇ ਸੀ, ਤਾਂ 5 ਬੀਹਾਂ ਗਿਣਦੇ ਸੀ, ਫਿਰ 100 ਗਿਣਦੇ ਸੀ। ਇਹ ਵੀ ਨਹੀਂ ਸੀ ਪਤਾ ਹੁੰਦਾ ਵੀ 100 ਕਿੱਥੇ ਜਾ ਕੇ ਹੁੰਦਾ, 99 ਦਾ ਵੀ ਨਹੀਂ ਸੀ ਪਤਾ। ਅਨਪੜ੍ਹਾਂ ਦਾ ਦੌਰ ਸੀਗਾ, ਉਹਨੇ ਸ਼ਰਤ ਰੱਖਤੀ ਜਿਹੜਾ ਮੇਰੇ ਕੋਲ ਆ ਕੇ 20 ਗਿਣੂਗਾ। ਹੁਣ ਪੜ੍ਹੇ ਲਿਖੇ ਤਾਂ ਸਮਝਦੇ ਸੀਗੇ ਜਿਹੜੇ ਗਿਣਤੀ ਦੇ 20 ਨੇ, 1, 2, 3, 4 ਵੀ ਇਹ ਗਿਣਨੇ ਆ, ਨਹੀਂ ਉਹ ਇੱਕ ਅਕਲ ਦੇ 20 ਸੁਣਨਾ ਚਾਹੁੰਦੀ ਸੀ। ਉਹ ਅਕਲ ਦੇ 20 ਸੀਗੇ ਜਿਹੜੇ ਉਹਦੇ ਗਿਣੇ ਨਹੀਂ ਸੀ ਜਾਂਦੇ, ਜਿਹੜੇ ਤੋਂ ਨਹੀਂ ਸੀ ਗਿਣ ਹੁੰਦੇ ਉਹਦੇ ਉਹ 20 ਲਿੱਤਰ ਮਾਰਦੀ ਸੀ। ਉਹਦਾ ਇਹ ਵੀ ਕਾਨੂੰਨ ਸੀਗਾ। ਬੜੇ ਗਏ ਉੱਥੇ ਲਿੱਤਰ ਖਾ ਕੇ ਮੁੜੇ, ਇੱਕ ਪੜ੍ਹੀ ਲਿਖੀ ਫੈਮਿਲੀ ਦਾ ਅਸਥਰਾਂ ਦਾ ਲੜਕਾ, ਕੋਈ 5-7 ਮੁਲਕਾਂ ਦੀ ਸੈਰ ਕਰਿਆ ਆ, ਅਤੇ ਉਹ ਵਾਪਸ ਜਿਸ ਵੇਲੇ ਆਇਆ 11 ਦੋਸਤਾਂ 'ਚ ਬੈਠਾ, ਬਾਹਰਲੇ ਮੁਲਕਾਂ ਦੀਆਂ ਕਿੱਸੇ ਕਹਾਣੀਆਂ ਸੁਣਾਵੇ। ਉਹ ਇੱਕ ਦਿਨ ਕਹਿਣ ਲੱਗੇ, ਯਾਰ ਤੂੰ ਸਾਨੂੰ ਤਾਂ ਬਹੁਤ ਗੱਲਾਂ ਸੁਣਾਤੀਆਂ, ਇੱਥੇ ਇੱਕ 20 ਦਿਹਾੜੀ ਬੈਠੀ ਹੈ, ਉਹਦੇ 20 ਗਿਣ ਕੇ ਆ ਲੈ। ਕਹਿੰਦਾ 20 ਗਿਣਨਾ ਕਿਹੜਾ ਕੰਮ ਹੈ? ਕਹਿੰਦਾ ਮੈਂ ਤਾਂ ਲੱਖਾਂ ਕਰੋੜਾਂ ਅਰਬਾਂ ਤੱਕ ਗਿਣ ਦਿੰਦਾ, 20 ਗਿਣਨੇ ਕਿਹੜੇ ਕੰਮ ਹੈ? ਹੁਣ ਇਲਮ ਦਾ ਚੱਕਿਆ, ਇਲਮ ਪੜ੍ਹਿਆ ਲਿਖਿਆ ਸੀ, ਘੋੜੀ 'ਤੇ ਸਵਾਰ ਹੋ ਕੇ ਗਾੜੀ ਲਾ ਲਈ, ਪਿਛਾੜੀ ਲਾ ਲਈ, ਸਿਰ 'ਤੇ ਹੈਡ ਰੱਖ ਲਿਆ ਅਤੇ ਛਿੱਟੀ ਫੜ ਲਈ, ਮਾਰੋ ਮਾਰ ਕਰਦਾ ਰਾਣੀ ਦੇ ਮਹਿਲ ਨੂੰ ਤੁਰ ਪਿਆ। ਤੁਰਿਆ ਜਾਂਦਾ ਰਸਤੇ ਦੇ ਵਿੱਚ ਉਸ ਇਲਾਕੇ ਦੇ ਵਿੱਚ ਇੱਕ ਗੰਜਾ ਜਾਲੀ ਭੇਡਾਂ ਚਾਰਦਾ ਹੁੰਦਾ ਸੀ। ਉਹ ਭੇਡਾਂ ਚਾਰਨ ਵਾਲੇ ਨੇ ਜਿਸ ਵੇਲੇ ਬਾਊ ਨੂੰ ਆਉਂਦੇ ਨੂੰ ਦੇਖਿਆ, ਉਹਨੂੰ ਕਹਿੰਦਾ ਬਾਊ ਜੀ ਰਾਣੀ ਦੇ 20 ਗਿਣਨ ਚੱਲੇ ਹੋ? ਉਹ ਹੁਣ ਪੜ੍ਹਿਆ ਲਿਖਿਆ ਸੀ, ਕਹਿੰਦਾ ਯੂ ਆਰ ਗੈਟ ਆਊਟ। ਉਹਨੂੰ ਜਾਲੀ ਨੂੰ ਕਹਿੰਦਾ ਵੀ ਜਾ ਦਫਾ ਹੋ ਜਾ, ਕਹਿੰਦਾ ਜੇ ਜਾਲੀ ਪਾਲੀ ਕਿਆ ਹੁੰਦੇ? ਕਹਿੰਦਾ ਮੈਨੂੰ ਪਤਾ ਕਿੱਥੇ ਚੱਲਿਆ, ਕਹਿੰਦਾ ਜਾ, ਕਹਿੰਦਾ ਅੱਗੇ ਟਮਾਟਰ ਤੇਰੀ ਜਾਂਦੇ ਦੀ ਭੁੱਲ ਜਾਣੀ ਆ। ਉਹਨੇ ਜਾ ਕੇ ਘੋੜੀ ਦੀ ਗਾੜੀ ਲਾਤੀ, ਪਿਛਾੜੀ ਲਾਤੀ, ਮਾਰੀ ਚੰਗ ਨਗਾਰੇ 'ਤੇ ਚੋਟ ਗੋਲੀ, ਉੱਤੋਂ ਆਈ ਫੜ ਕੇ ਬਾਂਹ ਤੋਂ ਬਾਊ ਨੂੰ ਉੱਤੇ ਲੈ ਗਈ। ਮਹੱਲ ਦੇ ਉੱਤੇ ਛੱਚ ਬਾਰੇ 'ਤੇ ਬੈਠੀ ਸੀ ਨਾ, ਇਸ ਵੇਲੇ ਪੇਸ਼ ਹੋ ਗਿਆ, ਬਾਊ ਜੀ ਕਿਸ ਵਾਸਤੇ? ਕਹਿੰਦੇ 20 ਗਿਣ ਵਾਸਤੇ। ਉਹਦੇ 2 ਮੂਹੜੇ ਰੱਖੇ ਹੁੰਦੇ ਸੀ ਬਹਿਣ ਵਾਲੇ, ਇੱਕ ਉੱਚਾ ਇੱਕ ਨੀਵਾਂ। ਉੱਚੇ ਮੂਹੜੇ 'ਤੇ ਆਪ ਬਹਿ ਜਾਂਦੇ ਸੀ, ਨੀਵੇਂ ਮੂਹੜੇ 'ਤੇ ਆਉਣ ਵਾਲੇ ਸੈਲ ਨੂੰ ਬਿਠਾਉਂਦੇ ਸੀ ਜਿਹੜਾ 20 ਗਿਣ ਵਾਸਤੇ ਜਾਂਦਾ ਸੀ। ਬਾਊ ਜੀ ਬਹਿ ਗਿਆ, ਕਹਿੰਦਾ ਕਹੋ ਬਾਊ ਜੀ ਇੱਕ। ਉਹ ਕਹਿੰਦਾ ਠਹਿਰ ਜਾਓ ਜੀ, ਇੱਕ ਇੱਕ ਹੀ ਕਰਦੇ, ਮੈਂ ਹੁਣ ਗਿਣ ਕੇ ਰੱਖ ਦਿੰਦਾ। ਉਹ ਲੱਗ ਗਿਆ ਕਰਨ 1, 2, 3, 4, ਉਹਨੇ ਛਿੱਤਰ ਨੂੰ ਹੱਥ ਪਾ ਲਿਆ। ਕਹਿੰਦਾ ਯਾਰ ਇਹ ਜ਼ਿਆਦਾ ਪੜ੍ਹੀ ਹੋਈ ਅੰਗਰੇਜ਼ੀ ਸਮਝਦੀ ਹੋਣੀ, ਫਾਰਸੀ ਸਮਝਦੀ ਹੋਣੀ। ਉਹ ਲੱਗ ਗਿਆ ਕਰਨ ਅਵਲ ਦੋਮ ਸੋਮ ਚਹਾਰਮ ਪੰਜਮ, ਉਹਨੇ ਇੱਥੇ ਕੇ ਲੈ ਆਉਂਦਾ ਛਿੱਤਰ, ਕਹਿੰਦੀ 20 ਗਿਣ। ਉਹ ਕਹਿੰਦਾ ਬਹੁਤੀ ਪੜ੍ਹੀ ਹੋਈ ਅੰਗਰੇਜ਼ੀ ਸਮਝਦੀ, ਇੰਗਲਿਸ਼ ਸਮਝਦੀ ਹੈ। ਉਹ ਲੱਗ ਗਿਆ ਕਰਨ 1, 2, 3, 4 ਫਾੜ ਫਾੜ ਫਾੜ, ਜਦ ਨੂੰ ਰਾਣੇ ਉਹ ਛਿੱਤਰ ਪੈਣ ਲੱਗ ਗਏ ਬਾਊ ਦੇ। ਉਹਦੀ ਹੈਟ ਕਿਧਰੇ, ਟਾਈ ਕਿਧਰੇ, ਛਿੱਡੀ ਕਿਧਰੇ, ਭੱਜਦੇ ਦੇ 20 ਦੌੜਦੇ ਦੇ ਪੂਰੇ ਕਰਤੇ, ਫੜ ਨਹੀਂ ਫੜ ਗੋਲੀਏ ਕਿਤੇ ਭੱਜ ਨਾ ਜਾਵੇ। ਉਹ ਰਾਣੀ ਤੋਂ ਡਰਦਾ ਭੱਜਿਆ ਆਵੇ, ਹੁਣ ਆ ਕੇ ਘੋੜੀ ਦੀ ਗਾੜੀ ਖੋਲੀ, ਪਿਛਾੜੀ ਖੋਲੀ ਨਾ, ਉਹਨੇ ਮਾਰਿਆ ਛੜੱਪਾ ਉੱਤੇ ਬਹਿ ਗਿਆ, ਪਿਛਾੜੀ ਘੋੜੀ ਨੇ ਜ਼ੋਰ ਨਾ ਪੱਟ ਲਈ। ਹੁਣ ਬਾਬੂ ਰਾਣੀ ਤੋਂ ਡਰਦਾ ਭੱਜਿਆ ਜਾਵੇ, ਮਗਰ ਮੋਹਰਾਂ 'ਚ ਕੀਲਾ ਮੁਲਾਕਾਤ ਕਰਦਾ ਆਵੇ, ਫੜ ਫੜ ਮੋਹਰਾਂ 'ਚ ਕੀਲੇ ਲੱਗਦੇ ਹੁੰਦੇ ਆ। ਰਾਣੀ ਦਾ ਡੋਲਾ ਕਿੱਥੇ ਗਾਉਂਦਾ? ਉਹ ਕਹਿੰਦਾ ਡੋਲੇ ਨੇ ਖਾਧੀ ਕੜੀ ਪਹਿਲਾਂ, ਤੂੰ ਇਹ ਦੱਸ ਮਾਰਦੀ ਕਿੱਥੇ ਤੱਕ ਆਉਂਦੀ ਹੁੰਦੀ ਹੈ? ਕਹਿੰਦਾ ਹੁਣ ਤਾਂ ਬੜਾ ਸੋਹਣਾ ਮੇਰੇ ਵਾਂਗੂ ਬੋਲਦਾ, ਤੇਰੀ ਚੀਜ਼ਕੋ ਮਿਚਕੋ ਕਿੱਥੇ ਗਈ? ਕਹਿੰਦਾ ਯਾਰ ਉਹਨੇ ਤਾਂ ਗੱਲ ਹੀ ਨਹੀਂ ਸੁਣੀ। ਕਹਿੰਦਾ ਉਤਰਿਆ ਥੱਲੇ, ਤੇਰੀਆਂ ਸਾਲੀਆਂ ਨਹੀਂ ਵਿਦਾ ਕਰਨ ਆਈਆਂ ਤੈਨੂੰ, ਆ ਪਿੱਛੇ ਮੁੜ ਕੇ ਦੇਖ, ਕਹਿੰਦਾ ਗੀਲੇ ਲੱਗਦੇ ਆਏ ਆ ਮੋਹਰਾਂ 'ਚ। ਉਹਨੇ ਜਦ ਧਿਆਨ ਮਾਰਿਆ, ਕਹਿੰਦਾ ਯਾਰ ਉਹਨੇ ਤਾਂ ਸੁਰਤ ਮਾਰਤੀ ਮੇਰੀ। ਕਹਿੰਦਾ ਉਤਰਿਆ ਥੱਲੇ ਰਾਣੀ ਤੋਂ, ਥੱਲੇ ਉਤਰਿਆ ਘੋੜੀ ਤੋਂ, ਆ ਗਿਆ। ਕਹਿੰਦਾ ਫੜ ਮੇਰਾ ਟਾਂਗਾ, ਕਹਿੰਦਾ ਚਾਰ ਮੇਰੀਆਂ ਭੇਡਾਂ, ਕਹਿੰਦਾ ਜਾਂ 'ਚ ਗੰਜਾ ਹੈ ਨਹੀਂ ਜਾਂ ਰਾਣੀ ਹੈ ਨਹੀਂ, ਹੈਂਜੀ। ਉਹ ਹੁਣ ਉਹਨੂੰ ਪੜ੍ਹੇ ਲਿਖੇ ਨੂੰ ਭੇਡਾਂ ਮਗਰ ਲਾ ਕੇ ਦੁਪਹਿਰ ਦਾ ਮਾਂ ਟਾਈਮ, ਕਹਿੰਦਾ ਜਾਂਦੇ ਜਾਂਦੇ ਮਾਂ ਨੂੰ ਮਿਲ ਚੱਲਿਆ, ਨਾਲੇ ਲੱਸੀ ਪੀ ਜਾਂਦੇ ਆ, ਜਾ ਕੇ ਚਾਟੀ ਖੜਕਾਈ, ਉਹਦੀ ਮਾਂ ਸੀ ਅੰਨੀ, ਉਹਨੇ ਕਿਹਾ ਦੁਰ ਦੁਰ ਦੁਰ, ਉਹਨੇ ਕਿਹਾ ਪਤਾ ਨਹੀਂ ਕੁੱਤਾ ਆ ਗਿਆ। ਉਹ ਕਹਿਣ ਲੱਗਿਆ ਮਾਂ ਮੈਂ ਤੇਰਾ ਪੁੱਤ ਗੰਜਾ ਜਾਲੀ, ਬੇਨ ਮਾਣਿਆ ਤੂੰ ਇਸ ਵੇਲੇ, ਤੇਰੀਆਂ ਭੇਡਾਂ ਲੈ। ਕਹਿੰਦਾ ਸੋਰੀ, ਭੇਡਾਂ ਦੀ ਭੇਡਾਂ ਆਪਣੇ ਅਫਸਰਾਂ ਦੇ ਪੁੱਤ ਚਾੜਦੇ ਫਿਰਦੇ ਆ, ਅਸੀਂ ਕਿਸੇ ਤੋਂ ਘੱਟ ਹਾਂ, ਵੀ ਮਰ ਜਾਣਿਆ ਤੂੰ ਕਿੱਥੇ ਚੱਲਿਆ? ਕਹਿੰਦਾ ਮੈਂ ਚੱਲਿਆ ਰਾਣੀ ਦੇ 20 ਗਿਣ। ਨਾ ਵੇ ਨਾ ਉੱਥੇ ਨਾ ਜਾਈ, ਉਹ ਤਾਂ ਮਾਰਦੀ ਹੈ। ਉਹ ਕਹਿੰਦਾ ਮਾਰਦੀ ਹੋਊ ਲੋਕਾਂ ਨੂੰ, ਮੈਨੂੰ ਤਾਂ ਹੱਥ ਨਹੀਂ ਲਾ ਸਕਦੀ। ਕਹਿੰਦਾ ਸਿਰੋਂ ਗੰਜਾ 5, ਸਿਰੋਂ ਗੰਜਾ, ਅੱਖੋਂ ਕਾਣਾ, 5 ਦਵੰਜੀ ਝੱਕ ਕੇ 5 ਕਲਿਆਣਾ, ਬੰਦਾ ਬਹੁਤ ਤੇਜ਼ ਹੁੰਦਾ ਇਹ, ਹੈਂਜੀ। ਉਹਨੇ ਪੀ ਕੇ ਲੱਸੀ ਸਿਰ 'ਤੇ ਰੱਖਿਆ, ਪਰਨਾ ਇੱਕ ਸਾਫਾ ਮੁੰਡੇ 'ਤੇ ਰੱਖ ਲਿਆ, ਹੱਟ 'ਚ ਫੜ ਕੇ ਡਾਂਗ ਮਾਰੋ ਮਾਰ ਕਰਦਾ ਰਾਣੀ ਦੇ ਮਹਿਲ ਨੂੰ ਤੁਰ ਪਿਆ। ਲੋਕ ਤਾਂ ਚੋਟ ਮਾਰਦੇ ਸੀ, ਛੋਟੀ ਨਾਲ ਨਗਾਰਾ ਵਜਾਉਂਦੇ ਸੀ, ਉਹ ਡਾਂਗ ਨਾਲ ਹੀ ਲਾ ਕੇ ਵੱਢਣ ਲੱਗ ਗਿਆ ਟਮਕ ਨੂੰ। ਪੁੱਠੀ ਜੀ ਦਲ ਦੜਲ ਦੜਲ ਦੀ ਆਵਾਜ਼ ਆਈ, ਰਾਣੀ ਕਹਿੰਦੀ ਗੋਲੀ ਨੂੰ, ਕਹਿੰਦੀ ਅੱਜ ਆਵਾਜ਼ ਨਗਾਰੇ 'ਚ ਹੋਰ ਤਰ੍ਹਾਂ ਦੀ ਆਈ ਹੈ, ਤਾਂ ਦੇਖ ਕੌਣ ਹੈ। ਜਦ ਉਹਨੇ ਥੱਲੇ ਆ ਕੇ ਦੇਖਿਆ ਗੰਜਾ ਜਾਲੀ, ਬਿਗ ਗਿਆ, ਇਹ ਪਿਓ ਨੂੰ ਕੇ ਪਾੜਦਾ ਨਗਾਰੇ ਨੂੰ। ਕਹਿੰਦਾ ਮੈਂ ਰਾਣੀ ਦੇ 20 ਗਿਣਨਾ ਆ। ਅੱਛਾ, ਕਹਿੰਦੀ ਫੜ ਕੇ ਬਾਂਹ ਤੋਂ ਫੜ ਕੇ ਉੱਤੇ ਲੈ ਗਈ, ਪੌੜੀਆਂ ਦੇ ਵਿੱਚ ਜਾ ਕੇ ਰਾਣੀ ਨੂੰ ਗੋਲੀ ਨੂੰ ਧੱਕਾ ਦੇ ਕੇ ਸਿੱਟਤਾ ਗੰਜੇ ਜਾਲੀ ਨੇ। ਹੜ ਪਰੇ ਕਹਿੰਦਾ ਮੇਰੀਆਂ ਲੱਤਾਂ ਟੁੱਟੀਆਂ, ਲੋਕਾਂ ਨੂੰ ਫੜ ਕੇ ਲੈ ਜਾਂਦੀ ਹੈ, ਕਹਿੰਦਾ ਮੈਂ ਆਪ ਜਾਊਂਗਾ। ਉਹ ਕਹਿੰਦੀ ਮੈਂ ਇੱਥੋਂ ਹੀ ਮੋੜ ਦਿੰਦੀ ਹਾਂ, ਰਾਣੀ ਤੱਕ ਜਾਣ ਹੀ ਨਹੀਂ ਦਿੰਦੀ। ਕਹਿੰਦੀ ਗੰਜਿਆ 4 ਸਵਾਲ ਪਹਿਲਾਂ ਮੇਰੇ ਦੱਸ। ਕਹਿੰਦੀ ਵੀ ਕਿਹੜੇ ਕਿਹੜਾ? ਤੇਰਾ ਵੀ ਕਹਿੰਦਾ ਟੈਕਸ ਲਾਇਆ ਹੋਇਆ ਰਾਜ ਜਿਹੜਾ ਪੂਰਾ ਕਰਨਾ ਪੈਂਦਾ। ਕਹਿੰਦੀ 4 ਸਵਾਲ ਮੇਰੇ ਦੱਸ, ਫੇਰ ਰਾਣੀ ਤੱਕ ਜਾਣ ਦਊਂ ਤੇ। ਉਹ ਕਹਿੰਦਾ ਹਾਂ ਪੁੱਛ। ਉਹ ਕਹਿੰਦੀ ਮੇਰਾ ਪਹਿਲਾ ਸਵਾਲ, ਅਰਸ਼ ਦਾ ਫੁੱਲ
ਕਹਿੰਦੀ ਦੱਸ ਫੇਰ ਅੱਗੇ ਜਾਣ ਦਊ। ਉਹ ਕਹਿੰਦਾ ਅਰਸ਼ ਦਾ ਫੁੱਲ, ਕਹਿੰਦਾ ਕੁਤਬ ਤਰ ਦੇ ਵਿੱਚ ਕਹਿੰਦਾ ਨਬੀ ਪਾਕ ਦਾ ਨੂਰ ਚਮਕਣਾ, ਕਹਿੰਦਾ ਅਰਸ਼ ਦਾ ਫੁੱਲ ਹੈ। ਜ਼ਮੀਨ ਦਾ ਗੋਲੋ ਹੋਈ ਜ਼ਮੀਨ 'ਤੇ, ਕਹਿੰਦਾ ਨਬੀ ਪਾਕ ਦਾ ਰੌਦਾ ਮੁਬਾਰਕ। ਅਤੇ ਕਹਿੰਦੀ ਬੇਵਕਤੀ ਨਮਾਜ਼, ਕਹਿੰਦਾ ਲੱਗਦੀ ਤੇਰੀ ਨਮਾਜ਼ ਜਨਾਜ਼ਾ ਜੀ ਦਾ ਕੋਈ ਵਕਤ ਨਹੀਂ ਹੈਗਾ, ਇਹ ਕਿਸੇ ਵਕਤ ਵੀ ਪੜ੍ਹਨਾ ਪੈ ਜਾਂਦੀ ਹੈ, ਇਹ ਬੇਵਕਤੀ ਨਮਾਜ਼ ਹੈ। ਹਾਂ ਕਹਿੰਦੀ ਗੰਜੇ ਇਹ ਤਾਂ ਠੀਕ ਹੈ। ਕਹਿੰਦੀ ਬੇਨੁਕਤੀ ਕਿਤਾਬ, ਕਹਿੰਦਾ ਆ ਤੇਰੀ ਜ਼ਬਾਨ ਤੱਤਰ ਤੱਤਰ ਲੱਗੀ ਹੋਈ ਹੈ ਚੱਲਣ, ਕਹਿੰਦਾ ਇਹਦੇ 'ਤੇ ਨੁਕਤਾ ਹੈ ਨਹੀਂ, ਕਹਿੰਦਾ ਜ਼ਬਾਨ 'ਚ ਹੱਡੀ ਨਹੀਂ ਹੈਗੀ, ਹੱਡੀਆਂ ਤੜਾ ਦਿੰਦੀ ਹੈ ਇਹ, ਜ਼ਬਾਨ 'ਚ ਹੱਡੀ ਨਹੀਂ ਹੈਗੀ, ਹੱਡੀਆਂ ਤੜਾ ਦਿੰਦੀ ਹੈ, ਇਹਦੇ 'ਤੇ ਨੁਕਤਾ ਹੈ ਨਹੀਂ। ਰਾਣੀ ਨੇ ਨੀਵੀਂ ਗੋਲੀ ਨੇ ਨੀਵੀਂ ਪਾ ਲਈ, ਚੁੱਪ ਕਰੇ ਮੂਹਰੇ ਤੁਰ ਪਈ ਗੰਜਾ ਮਗਰ। ਜਾ ਕੇ ਰਾਣੀ ਨੂੰ ਕਹਿੰਦੀ ਮੇਰਾ ਹਿਸਾਬ ਕਰ ਦੇ, ਮੇਰਾ ਜਵਾਬ ਹੈ। ਕਹਿੰਦੀ ਕੀ ਹੋਇਆ? ਕਹਿੰਦੀ ਮੇਰੇ 4 ਸਵਾਲ ਦੱਸੇ ਇਹਨੇ, ਤੇਰੇ ਵੀ 20 ਗਿਣ ਜਾਣੇ ਅੱਜ। ਇਹ ਬੰਦਾ ਇੱਦਾਂ ਦਾ ਆ ਗਿਆ, ਚਲਿਆ ਗਿਆ ਜਾ ਕੇ ਪੇਸ਼ ਹੋ ਗਿਆ। ਬੇ ਗੰਜਿਆ ਤੂੰ ਕਰਨ ਆਇਆ? ਕਹਿੰਦਾ ਲੋਕ ਕੀ ਕਰਨ ਆਉਂਦੇ ਆ? ਕਹਿੰਦੀ ਉਹ ਤਾਂ 20 ਗਿਣ ਆਉਂਦੇ ਆ, ਮੇਰਾ ਡੋਲਾ ਲੈਣ ਆਉਂਦੇ ਆ। ਕਹਿੰਦਾ ਵੀ ਮੈਨੂੰ ਭੁੱਲੇ ਹੋਏ ਆ, ਮੈਂ ਨਹੀਂ ਗਿਣ ਸਕਦਾ। ਉਹ ਕਹਿੰਦੀ ਜਾ ਚਲਾ ਜਾ ਸਾਡੇ ਪਿੰਡ ਦਾ ਪਾਲੀ ਹੈ, ਮਾਰ ਮਾਰ ਕੇ ਛਿੱਤਰ ਤੇਰੇ ਗੰਜੇ ਸਿਰ 'ਚ ਮੋਰੀਆਂ ਕਰ ਦੂੰ। ਉਹ ਕਹਿੰਦਾ ਰਾਣੀਏ ਜੇ ਤਾਂ 20 ਨਾ ਗਿਣੇ ਗਏ, ਗੰਜੇ ਸਿਰ 'ਚ ਮੋਰੀਆਂ ਤੂੰ ਕਰਦੀ, ਜੇ ਮੈਂ ਗਿਣ ਗਿਆ 20, ਕਹਿੰਦਾ ਗੁੱਤ ਨੂੰ ਹੱਥ ਪਾ ਕੇ ਕਹਿੰਦਾ ਮਹਾਲੇ 'ਤੇ ਖਿੱਚ ਕੇ ਲਿਜਾਊਂਗਾ, ਖੜੀਸਦਾ ਲਿਜਾਊਂਗਾ ਕਹਿੰਦਾ ਤੈਨੂੰ। ਉਹ ਕਹਿਣ ਲੱਗੀ, ਉਹਨੇ ਗੁੱਸਾ ਚੜ ਗਿਆ, ਉਹ ਹੋਵੇ ਪਾਲੀ ਭਾਵੇਂ ਮੇਰੀ ਗੁੱਤ ਨੂੰ ਹੱਥ, ਰਾਣੀ ਰੋਹ 'ਚ ਆ ਗਈ। ਉਹ ਤਾਂ ਲੈ ਕੇ ਸਵਾ ਹੱਥ ਦਾ ਚੰਮ ਦਾ ਲਿੱਤਰ ਮੂਹਰੇ 'ਤੇ ਬਹਿ ਗਈ, ਨਾਲ ਉਹਨੂੰ ਬਿਠਾ ਲੈਂਦੇ। ਜਾਲੀ ਨੇ ਜਿਸ ਵੇਲੇ ਦੇਖਿਆ ਵੀ ਔਰਤ ਜ਼ਾਤ ਹੋ ਕੇ ਮੇਰੇ ਨਾਲ ਉੱਚੀ ਹੋਈ ਬੈਠੀ ਹੈ, ਉਹਨੇ ਲਾਹ ਕੇ ਮੋਢੇ ਤੋਂ ਸਾਫਾ ਲਾਹ ਕੇ ਪਰਨਾ ਕੁਛ ਮੁੱਛ ਜਿਹਾ ਕਰਕੇ ਲੈ ਕੇ ਥੱਲੇ ਡੇਢ ਗੱਠ ਰਾਣੀ ਨਾਲ ਉੱਚਾ ਹੋ ਕੇ ਬਹਿ ਗਿਆ। ਕਹਿੰਦਾ ਹੁਣ ਗੱਲ ਕਰ, ਹੁਣ ਰਾਣੀ ਵੀ ਦੇਖਦੀ ਹੈ ਵੀ ਇਹ ਕੀ ਕਰਨ ਲੱਗਿਆ ਹੋਇਆ। ਕਹਿੰਦੀ ਆਵੇ ਗੰਜਿਆ ਕਹਿ ਇੱਕ, ਕਹਿੰਦਾ ਠਹਿਰ ਜਾ, ਇੱਕ ਕਰਕੇ ਸਾਰਾ ਜਹਾਨ ਪਾਗਲ ਕੀਤਾ ਹੋਇਆ, ਇੱਕ ਗੱਲ ਮੇਰੀ ਦੱਸ। ਕਹਿਣ ਲੱਗਿਆ ਕਿਹੜੀ? ਉਹ ਕਹਿੰਦਾ ਰਾਣੀਏ ਇਹ ਦੱਸ ਵੀ ਜਿਹਨੂੰ ਆਪਾਂ ਅਕਲ ਕਹਿੰਦੇ ਹਾਂ, ਅਕਲ ਦਾ ਮਾਲਕ ਕੌਣ ਹੈ? ਰਾਣੀ ਸੋਚਣ ਲੱਗ ਗਈ, ਕਹਿੰਦੀ ਗੰਜੇ ਇਹਦਾ ਨਹੀਂ ਪਤਾ ਲੱਗਦਾ। ਕਹਿੰਦਾ ਜੀ ਤੂੰ 20 ਨਾ ਗਿਣੇ ਜਾਣ, ਲਿੱਤਰ ਕਿੰਨੇ ਮਾਰਦੇ ਹੁੰਦੇ? ਕਹਿੰਦੀ ਭਾਅ ਜੀ ਦੌੜਦੇ ਤੇ 20। ਕਹਿੰਦਾ 5 ਲਿੱਤਰ ਛੱਡ ਦੇ, ਹੁਣ ਛੱਡ ਦੂੰ, ਦੱਸ ਦਿੰਦਾ। ਉਹ ਕਹਿੰਦਾ ਗੰਜਿਆ ਤੈਨੂੰ 5 ਲਿੱਤਰ ਛੱਡੇ? ਰਾਣੀਏ ਕਹਿੰਦਾ ਅਕਲ ਦਾ ਮਾਲਕ ਗੁੱਸਾ, ਜਦ ਬੰਦੇ ਨੂੰ ਗੁੱਸਾ ਆ ਜਾਂਦਾ ਅਕਲ ਬੰਦ, ਲੜਾਈਆਂ ਹੋ ਜਾਂਦੀਆਂ, ਬੰਦੇ ਕਤਲ ਹੋ ਜਾਂਦੇ ਨੇ। ਜਦ ਫਿਰ ਕਹਿੰਦਾ ਤਰੀਖ ਭੁਗਤੇ ਆਉਂਦੇ ਆ, ਗੋਡਿਆਂ ਦੇ ਹੱਥ ਰੱਖੇ ਹੁੰਦੇ, ਫਿਰ ਅਕਲ ਆ ਜਾਂਦੀ ਯਾਰ, ਨਾ ਹੀ ਲੜਦੇ ਤਾਂ ਚੰਗਾ ਸੀ। ਹਾਂਜੀ ਉਸ ਟਾਈਮ ਬੁਲਾ ਜਾਂਦੇ। ਹਾਂ ਵੀ ਗੰਜੇ ਇਹ ਤਾਂ ਗੱਲ ਤੇਰੀ ਠੀਕ ਆ, ਚੌਲ ਵੀ ਗੰਜਿਆ ਗਿਣੇ। ਇੱਕ ਕਹਿੰਦਾ ਠਹਿਰ ਜਾ ਰਾਣੀਏ, ਇੱਕ ਗੱਲ ਹੋਰ ਹੈ ਜਿਹਨੂੰ ਆਪਾਂ ਸ਼ਰਮ ਕਹਿੰਦੇ ਹਾਂ, ਸ਼ਰਮ ਦਾ ਮਾਲਕ ਕੌਣ ਆ? ਉਹ ਕਹਿਣ ਲੱਗੀ ਸੋਚ ਸੋਚ ਕੇ, ਕਹਿੰਦੀ ਇਹਦਾ ਤਾਂ ਪਤਾ। ਕਹਿੰਦਾ ਹਾਂ ਦੱਸ। ਕਹਿੰਦੀ ਸ਼ਰਮ ਦਾ ਮਾਲਕ ਹਿਆ ਹੱਕ, ਕਹਿੰਦੇ ਤੁਰ ਫਿੱਟੇ ਤੇਰੇ ਇਲਮ ਕਿਤਾਬਾਂ ਪੜ੍ਹਨ 'ਤੇ, ਇਹਦਾ ਭਰਾ ਲੱਗਿਆ ਸ਼ਰਮ ਹਿਆ ਦਾ ਭੈਣ ਭਾਈ ਨੇ, ਮੈਂ ਇਹਦਾ ਮਾਲਕ ਪੁੱਛਿਆ ਕੌਣ ਆ? ਕਹਿੰਦੀ ਗੰਜਾ ਫਿਰ ਇਹਦਾ ਨਹੀਂ ਪਤਾ। ਕਹਿੰਦਾ 5 ਹੋਰ ਛੱਡ ਦੇ, ਕਹਿੰਦਾ ਹੁਣੀ ਦੱਸ ਦਿੰਦਾ। ਉਹ ਕਹਿੰਦੀ ਗੰਜਾ 5 ਹੋਰ ਛੱਡੇ ਤੈਨੂੰ? ਕਹਿੰਦਾ ਰਹਿ ਗਏ 10 ਲਿੱਤਰ, ਚੱਕਦੀ ਕਰ ਤੈਨੂੰ ਮਾਰੂ ਚਾਲ ਥੱਲੇ। ਕਹਿੰਦਾ ਲਿੱਤਰ ਨਹੀਂ ਖਾਣਾ ਇਹਦੇ ਕੋਲੋਂ। ਕਹਿੰਦਾ ਰਾਣੀਏ ਸ਼ਰਮ ਦਾ ਮਾਲਕ ਹੁੰਦਾ ਇਸ਼ਕ, ਜਦ ਇਸ਼ਕ ਦਾ ਭੂਤ ਸਵਾਰ ਹੋ ਜਾਂਦਾ ਬੰਦੇ ਦੇ, ਅੱਖਾਂ 'ਚੋਂ ਸ਼ਰਮ ਚਲੀ ਜਾਂਦੀ ਹੈ, ਅੰਨਾ ਹੋ ਜਾਂਦਾ ਬੰਦਾ, ਫਿਰ ਨਹੀਂ ਇਹਨੂੰ ਦੇਖਦਾ ਕੁਛ ਵੀ। ਹਾਂ ਵੀ ਗੰਜਿਆ ਕਹਿੰਦੀ ਇਹ ਵੀ ਗੱਲ ਤੇਰੀ ਠੀਕ ਆ। ਕਹੋ ਵੀ ਗੰਜੇ ਇੱਕ, ਕਹਿੰਦਾ ਠਹਿਰ ਜਾ ਰਾਣੀ, ਇੱਕ ਗੱਲ ਹੋਰ ਆ। ਕਹਿੰਦਾ ਇੱਕੇ ਪਰ ਇੱਕਾ, ਕਹਿੰਦਾ ਜਾ ਗੰਜੇ ਨੇ ਕਰਤਾ ਦੁੱਕੇ ਤੋਂ ਤਿੱਕਾ ਨਹੀਂ ਰਹਿ ਗਿਆ ਇੱਕੇ ਦਾ ਇੱਕਾ। ਆਹ ਦੱਸ ਹੁਣ ਇਹ ਅਨਪੜ੍ਹਾਂ ਵਾਲੇ ਸਵਾਲ ਪੜ੍ਹਿਆ ਹੋਇਆ ਇਹਨੂੰ ਕਿੱਥੇ ਆਉਂਦੇ ਆ? ਉਹ ਕਹਿੰਦੀ ਵੀ ਗੰਜੇ ਇਹਦਾ ਵੀ ਨਹੀਂ ਪਤਾ ਲੱਗਦਾ। ਕਹਿੰਦਾ ਲੈ ਫਿਰ ਰਾਣੀਏ 5 ਲਿੱਤਰ ਹੋਰ ਛੱਡ ਦੇ। ਉਹਨੇ 5 ਹੋਰ ਛੱਡਾ ਲਏ, ਰਹਿ ਗਏ 5। ਕਹਿੰਦਾ ਹੁਣ ਲਿੱਤਰ ਨਹੀਂ ਖਾਂਦਾ, ਹੱਥ ਪਾਉਂਦੀ ਕਰ ਤੈਨੂੰ ਛਾਲ ਮਾਰ ਕੇ ਥੱਲੇ ਜਾਊਂ, ਹੁਣ ਨਹੀਂ ਕਹਿੰਦਾ ਲਿੱਤਰ ਖਾਂਦਾ ਇਹਦੇ ਕੋਲੋਂ। ਕਹਿੰਦਾ ਰਾਣੀਏ ਇੱਕ ਪਰ ਇੱਕਾ, ਜਾਂ ਗੰਜੇ ਨੇ ਕਰਤਾ ਦੁੱਖੇ ਤੋਂ ਤਿੱਕਾ ਨਹੀਂ ਰਹਿ ਗਿਆ ਇੱਕੇ ਦਾ ਇੱਕਾ। ਕਹਿੰਦਾ ਜੇ ਤਾਂ ਮੈਂ ਤੈਨੂੰ ਵਿਆਹ ਕੇ ਲੈ ਗਿਆ, ਇੱਕ ਤੂੰ ਇੱਕ ਮੈਂ ਇੱਕ ਮੇਰੀ ਮਾਂ, ਕਹਿੰਦਾ 3 ਹੋ ਜਾਗੇ। ਜੇ ਕਹਿੰਦਾ ਅੱਜ ਮੈਂ ਤੈਨੂੰ ਇੱਥੋਂ ਵਿਆਹ ਕੇ ਨਾ ਲੱਗਿਆ, ਤੂੰ ਮੈਨੂੰ ਰਾਜ ਮਰਵਾ ਦੇਣਾ, ਮੇਰੀ ਮਾਂ ਇਕੱਲੀ ਰਹਿ ਜਾਣੀ ਹੈ। ਕਹਿੰਦਾ ਇਹ ਮੈਂ ਇਹ ਦੱਸਿਆ ਤੈਨੂੰ? ਹਾਂ ਵੇ ਗੰਜੇ ਇਹ ਵੀ ਗੱਲ ਤੇਰੀ ਠੀਕ ਆ। ਚੱਲ ਵੇ ਗੰਜਿਆ ਕਹਿ ਇੱਕ। ਕਹਿੰਦਾ ਚੱਲ ਰਾਣੀਏ ਸ਼ੁਰੂ ਹੋ ਜਾ ਹੁਣ। ਕਹੋ ਵੇ ਗੰਜਿਆ ਇੱਕ। ਕਹਿੰਦਾ ਇੱਕ ਨਾਮ ਰੱਬ ਦਾ। ਕਹੋ ਵੇ ਗੰਜਿਆ 2। ਕਹਿੰਦਾ ਹਰ ਚੀਜ਼ ਦਾ ਅੱਲਾਹ ਤਾਲਾ ਦੀ ਜ਼ਾਤ ਨੇ ਜੋੜਾ ਜੋੜਾ ਬਣਾਇਆ, ਮਰਦ ਔਰਤ ਜ਼ਮੀਨ ਸਮਾਨ ਦਿਨ ਰਾਤ, ਹਰ ਚੀਜ਼ ਦਾ ਜੋੜਾ ਜੋੜਾ ਅੱਲਾਹ ਤਾਲਾ ਨੇ ਪੈਦਾ ਕੀਤਾ। ਕਹੋ ਵੇ ਗੰਜਿਆ 3। ਕਹਿੰਦਾ 3 ਕੌਲ ਮੁਸਲਮਾਨਾਂ ਦੇ। ਕਹੋ ਵੇ ਗੰਜਿਆ 4। ਕਹਿੰਦਾ 4 ਯਾਰ ਨਬੀ ਪਾਕ ਦੇ। ਕਹੋ ਵੇ ਗੰਜਿਆ 5-3। ਕਹਿੰਦਾ 5-3 ਪਾਕ ਘਰਾਣਾ ਨਬੀ ਦਾ, 5 ਨਮਾਜ਼ਾਂ ਮੁਸਲਮਾਨਾਂ ਦੀਆਂ, 5 ਬਣਾ ਸਿੱਖਾਂ ਦੇ। ਮੁਸਲਮਾਨਾਂ ਦੀਆਂ ਨਮਾਜ਼ਾਂ ਦਾ ਤਾਂ ਪਤਾ ਵੀ 5 ਕਿਹੜੀਆਂ, ਸਿੱਖਾਂ ਦੇ ਬਣਾ ਕਿਹੜੇ ਕਿਹੜੇ ਆ? ਕਾਮ, ਕ੍ਰੋਧ, ਮੋਹ, ਲੋਭ, ਹੰਕਾਰ, ਇਹ 5 ਬਣਾ ਸਿੱਖਾਂ ਦੇ ਹੈ। ਹਾਂਜੀ ਬਈ ਇਹ ਉਹਨਾਂ ਦੇ। ਕਹੋ ਵੇ ਗੰਜਿਆ 6। ਕਹਿੰਦਾ 6 ਕਲਮੇ ਮੁਸਲਮਾਨਾਂ ਦੇ, ਜਿਹੜੇ ਹੁਣ ਘੜੀ ਨੂੰ ਤੇਰੇ 'ਤੇ ਵਾਰਤ ਹੋਣੇ ਨੇ। ਰਾਣੀ ਦੀ ਕੌਡੀ ਧੜਕਣ ਲੱਗ ਗਈ, ਕਹਿਣ ਲੱਗੀ ਇਹ ਕੀ ਕਰਨ ਲੱਗਿਆ ਬਈ, ਇਹ ਤਾਂ ਤੁਰਿਆ ਜਾਂਦਾ ਗਾਹਾਂ ਨੂੰ। ਕਹੋ ਵੇ ਗੰਜਿਆ 7। ਕਹਿੰਦਾ 7 ਦਰਵਾਜੇ ਦੋਜ਼ਖ ਦੇ। ਕਹੋ ਵੇ ਗੰਜਿਆ 8। ਕਹਿੰਦਾ 8 ਦਰਵਾਜੇ 8 ਦਰਵਾਜੇ ਬਿਸ਼ਟ ਦੇ। 9 ਨਰਾਤਾ, 10ਵਾਂ 10 ਦੁਸਹਿਰਾ, 11 ਗਿਆਰਵੀਂ ਵਾਲੇ ਪੀਰ, 12 ਮਹੀਨੇ ਸਾਲ ਦੇ, 13 ਤੇਜ਼ੀਆਂ, 14 ਤਬਕ ਜ਼ਮੀਨ ਸਮਾਨ ਦੇ। ਚੱਲ ਰਾਣੀਆਂ ਕਿੱਥੇ ਤੱਕ ਚੱਲਦੀਆਂ? ਕਹੋ ਵੇ ਗੰਜਿਆ ਭੁੱਲ ਜਾ। ਕਹਿੰਦਾ ਭੁੱਲਾਂ ਕਿਉਂ? ਲਿੱਤਰ ਤੋਂ ਡਰ ਲੱਗਦਾ।
ਕੋਵੇ ਗੰਜਿਆ 15 ਕਹਿੰਦਾ 15 ਸਰਾਹ ਦੇ ਹਿੰਦੂਆਂ ਦੇ, ਕੋਵੇ ਗੰਜਿਆ 16 ਕਹਿੰਦਾ 16 ਨੂੰ ਕਲਸ਼ ਪੂਰਨ ਦੇ ਘਰੇ ਕ੍ਰਿਸ਼ਨ ਮਹਾਰਾਜ ਪੈਦਾ ਹੋਏ, ਕੋਵੇ ਗੰਜਿਆ 17 ਕਹਿੰਦਾ 17 ਰਕਾਤਾਂ ਨਮਾਜ਼ ਇਸ਼ਾ ਦੀਆਂ, ਕੋਵੇ ਗੰਜਿਆ 18 ਕਹਿੰਦਾ 18 ਬੇਟੇ ਹਜ਼ਰਤ ਅਲੀ ਦੇ, ਕੋਵੇ ਗੰਜਿਆ 19 ਕਹਿੰਦਾ ਰਾਣੀਆਂ ਪੂਰੇ ਹੋ ਗਏ। ਕਹਿੰਦੀ ਮਰ ਜਾਣੇ ਹਾਲੇ ਤਾਂ 2 ਰਹਿੰਦੇ, ਕਹਿੰਦਾ ਰਾਣੀਆਂ 19 ਵੀ ਤੂੰ, 20ਵਾਂ ਮੈਂ, 21ਵਾਂ ਮੇਰਾ ਢਾਂਗਾ ਪਾ ਕੇ ਹੱਥ ਗੁੱਟ ਨੂੰ, ਕਹਿੰਦਾ ਚੱਲਦਾ ਚੂੜ ਮਾਜਰੇ ਦੇ ਮੋੜ ਤੇ ਭੇਟਾਂ ਚਾਰੀਏ। ਕਹਿੰਦਾ ਤੂੰ ਕੀ ਲੋਕਾਂ ਨੂੰ ਵਕਤ ਪਾਇਆ ਭਲਾ ਉਸ ਵੇਲੇ ਰਾਣੀ ਦੇ। ਹਾਂਜੀ ਵਾਹ ਜੀ ਵਾਹ, ਕਿਆ ਬਾਤ। ਇਸ ਤੋਂ ਬਾਅਦ ਜੀ ਫਿਰ ਉਹ ਗੱਲ ਕਰਨ ਤੋਂ ਬਾਅਦ ਫਿਰ ਸਾਜਾਂ ਦੇ ਵਿੱਚ ਜਗਾਈਦਾ, ਗੰਜਾ ਜਿੱਤ ਗਿਆ ਰਾਣੀ ਦਾ ਪਾਸਾ ਹਾਰ ਗਿਆ, ਜ਼ਮਾਨੇ ਵਿੱਚ ਢੋਲ ਵੱਜ ਗਏ, ਲੋਕੀ ਹੱਸਦੇ ਗੰਜੇ ਦਾ ਕੁੰਡਾ ਅੜ ਗਿਆ, ਜ਼ਮਾਨੇ ਵਿੱਚ ਢੋਲ ਵੱਜ ਗਏ। 20 ਗਿਣ ਕੇ ਖੁਸ਼ੀ ਨਾਲ ਗੰਜਾ ਉੱਠਿਆ, ਝੱਟ ਉੱਠ ਕੇ ਰਾਣੀ ਤੇ ਪੂਰਾ ਸਿੱਟਿਆ, ਮਹਿਲਾਂ ਵਾਲੀਏ ਹੰਕਾਰ ਤੇਰਾ ਟੁੱਟਿਆ, ਬੂਟਾ ਰੱਬ ਨੇ ਜੜ੍ਹਾਂ ਤੋਂ ਅੱਜ ਤੇਰਾ ਪੁੱਟਿਆ। ਬਾਜ਼ੀ ਜਿੱਤੀ ਗਿਣ ਕੇ 20, ਹੁਣ ਤੂੰ ਹੋਰ ਕਰੇਂਗੀ ਕੀ, ਉੱਠ ਕੇ ਪੈ ਜਾ ਸਿੱਧੀ ਲਈ, ਝੱਟ ਉੱਠ ਕੇ ਸਿਰਾਣੇ ਉਹਦੇ ਖੜ ਗਿਆ, ਜ਼ਮਾਨੇ ਵਿੱਚ ਢੋਲ ਵੱਜ ਗਏ, ਗੰਜਾ ਜਿੱਤ ਗਿਆ ਰਾਣੀ ਦਾ ਪਾਸਾ ਹਾਰ ਗਿਆ, ਹੈਂ ਤੇ ਜ਼ਮਾਨੇ ਵਿੱਚ ਢੋਲ ਵੱਜ ਗਏ। ਕੀਤੇ ਵੱਡੇ ਵੱਡੇ ਬਾਦਸ਼ਾਹ ਖੁਆਰ ਨਹੀਂ, ਛਿੱਤਰ ਮਾਰ ਕੇ ਮਹਿਲਾਂ ਤੋਂ ਕੀਤੇ ਬਾਹਰ ਨਹੀਂ, ਹੁਣ ਤੂੰ ਮੇਰੀਆਂ ਭੇਡਾਂ ਨੂੰ ਚੱਲ ਚਾਰ ਨਹੀਂ, ਨਾਲੇ ਮਾਂ ਮੇਰੀ ਦੀ ਬਣ ਜਾ ਖਿਦਮਤਗਾਰ ਨਹੀਂ, ਹੁਣ ਤੂੰ ਹੋ ਮੇਰੇ ਤੇ ਰਾਜ਼ੀ, ਨਾਲੇ ਹਰ ਗਈਆਂ ਤੂੰ ਬਾਜ਼ੀ ਘਰ ਸੱਦ ਲੈ ਮੁੱਲਾਂ ਕਾਜ਼ੀ, 6 ਕਲਮੇ ਨਿਕਾਹ ਵਾਲੇ ਪੜ ਗਏ, ਜ਼ਮਾਨੇ ਵਿੱਚ ਢੋਲ ਵੱਜ ਗਏ। ਕਹਿੰਦਾ ਅੱਖਾਂ ਪੱਟ ਕੇ ਗੰਜੇ ਦੇ ਵੱਲ ਝਾਕ ਨਹੀਂ, ਸੱਜੀ ਅੱਖ ਤੋਂ ਮੈਂ ਰਾਣੀ ਹੈ ਮਨਾਕ ਨਹੀਂ, ਗੰਜੇ ਕਾਣਿਆਂ ਨੂੰ ਕਿਹੜਾ ਦਿੰਦਾ ਸਾਕ ਨਹੀਂ, ਸੱਜੀ ਅੱਖ ਤੋਂ ਮੈਂ ਰਾਣੀ ਹੈ ਮਨਾਕ ਨਹੀਂ, ਗੰਜੇ ਕਾਣਿਆਂ ਨੂੰ ਕਿਹੜਾ ਦਿੰਦਾ ਸਾਕ ਨਹੀਂ, ਸ਼ੁਕਰ ਰੱਬ ਦਾ ਮੈਂ ਕਰਾਂ ਲੱਖ ਲੱਖ ਨਹੀਂ, ਦੇਵੀ ਇੰਨੀ ਮਾਂ ਦਵਾਈ ਮੇਰੀਆਂ, ਹੋ ਜਾਣ ਦੂਰ ਬੁਲਾਈ।